ਕੈਨੇਡੀਅਨ ਪੁਲਿਸ ਵੱਲੋਂ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਫੜੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਕਰਨ ਬਰਾੜ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ। ਕਰਨ ਬਰਾੜ ਦੇ ਨਾਲ ਸ਼ੱਕੀ ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਦੀ ਵੀ ਗ੍ਰਿਫਤਾਰੀ ਹੋਈ ਏ। ਫਿਲਹਾਲ ਕਰਨ ਬਰਾੜ ਦੇ ਘਰ ਤਾਲਾ ਲੱਗਾ ਹੋਇਆ ਏ। ਇਸ ਵਕਤ ਅਸੀਂ ਕਰਨ ਬਰਾੜ ਦੇ ਘਰ ਦੇ ਸਾਹਮਣੇ ਖੜ੍ਹੇ ਹਾਂ, ਜਿਸ ਨੂੰ ਲੌਕ ਲੱਗਿਆ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਕਰਨ ਬਰਾੜ ਦੇ ਮਾਤਾ ਅਤੇ ਉਸਦੇ ਦਾਦਾ ਇਸ ਖਬਰ ਨਸ਼ਰ ਹੋਣ ਤੋਂ ਬਾਅਦ ਕਿ ਕਰਨ ਨੂੰ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਆਪਣੇ ਰਿਸ਼ਤੇਦਾਰਾਂ ਨਾਲ ਘਰ ਛੱਡ ਕੇ ਚਲੇ ਗਏ ਹਨ। ਫਰੀਦਕੋਟ ਪੁਲਿਸ ਦੇ ਮੁਤਾਬਕ ਕਰਨ ਬਰਾੜ ਦਾ ਪਰਿਵਾਰ ਮੂਲ ਰੂਪ ਦੇ ਵਿੱਚ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦਾ ਰਹਿਣ ਵਾਲਾ ਹੈ। ਪੁਲਿਸ ਦੇ ਮੁਤਾਬਕ ਕਰਨ ਬਰਾੜ ਦੇ ਉੱਤੇ ਕੋਈ ਵੀ ਮੁਕੱਦਮਾ ਜ਼ਿਲ੍ਹੇ ਦੇ ਵਿੱਚ ਦਰਜ ਨਹੀਂ ਹੈ। ਹਾਲਾਂਕਿ ਉਸਦੇ ਪਿਤਾ ਮਨਦੀਪ ਸਿੰਘ ਬਰਾੜ, ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਹੈ, ਉਹਨਾਂ ਉੱਪਰ ਇਸ ਸਾਲ ਇੱਕ ਕਥਿਤ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। ਕਰਨ ਬਰਾੜ ਨੇ ਆਪਣੀ ਜੋ ਪੜ੍ਹਾਈ ਹੈ ਕੋਟਕਪੂਰਾ ਦੇ ਇੱਕ ਨਿੱਜੀ ਸਕੂਲ ਤੋਂ ਕੀਤੀ। ਕਰਨ ਬਰਾੜ ਦੇ ਪਰਿਵਾਰ ਬਾਰੇ ਅਸੀਂ ਜਾਣਕਾਰੀ ਲਈ ਅਸੀਂ ਆਂਢੀਆਂ ਗੁਆਂਢੀਆਂ ਨਾਲ ਗੱਲ ਕੀਤੀ। ਸਾਨੂੰ ਵੀ ਵਟਸਐਪ ਦੇ ਪਰਾ ਜਿਹੜਾ ਫੇਸਬੁੱਕ ਚਲਾਇਆ ਉਦੋਂ ਪਤਾ ਲੱਗਿਆ, ਲੇਕਿਨ ਇਹ ਜਿਹੜਾ ਪਰਿਵਾਰ ਹੈ ਇਸ 30 ਸਾਲ ਪਹਿਲਾਂ ਇੱਥੋਂ ਰਹਿ ਰਿਹਾ ਇਹ, ਅਤੇ ਬਹੁਤ ਵਧੀਆ ਪਰਿਵਾਰ ਹੈ ਇਹ। ਅਸੀਂ ਕੋਈ ਅੱਜ ਦੇ ਨਹੀਂ ਜਾਣਦੇ, ਬੱਚਾ ਸਾਡੇ ਕੋਲ ਇੱਥੇ ਰਿਹਾ, ਇਹ ਵੈਸਟ ਪੁਆਇੰਟ ਸਕੂਲ 'ਚ ਪੜ੍ਹਦਾ ਸੀਗਾ, ਬੜੀ ਅੱਛੀ ਵਿਦਿਆਰਥੀ ਸੀਗਾ ਉਸ ਸਕੂਲ ਦਾ ਇਹ। 4.5 ਸਾਲ ਤੋਂ ਇਹ ਕਨੇਡਾ ਸਟੱਡੀ ਵੀਜ਼ਾ 'ਤੇ ਗਿਆ ਸੀਗਾ, ਅਤੇ ਇਹਨਾਂ ਦੇ ਫਾਦਰ ਸਾਹਿਬ ਦੀ 10-15 ਦਿਨ ਪਹਿਲਾਂ ਹੀ, ਕਰਨ ਬਰਾੜ ਦੇ ਫਾਦਰ ਸਾਹਿਬ ਦੀ ਜਿਹੜੀ ਡੈਥ ਹੋਈ ਹੈ, ਉਹਦਾ ਭੋਗ ਪਿਛਲੇ ਐਤਵਾਰ ਪਾ ਕੇ ਹਟੇ ਹਾਂ, ਅਤੇ ਇਹਨਾਂ ਦੀ ਮੰਮੀ ਜਿਹੜੀ ਆ ਉਹ ਵੀ ਬਾਹਰ ਰਹਿੰਦੇ ਨੇ। ਜਿਹੜਾ ਜਿਸ ਕਰਨਪ੍ਰੀਤ ਉਰਫ ਕਰਨ ਨੂੰ ਇਹਨਾਂ ਨੇ ਡਿਟੇਨ ਕੀਤਾ, ਉਹਦਾ ਕੋਈ ਕ੍ਰਿਮੀਨਲ ਰਿਕਾਰਡ ਸਾਨੂੰ ਨਹੀਂ ਮਿਲਿਆ। ਇੱਥੇ ਅਖਬਾਰਾਂ ਦੇ ਰਾਹੀਂ ਪਤਾ ਲੱਗਿਆ, ਹਜੇ ਤਾਂ ਅਸੀਂ ਆਪ ਖੁਦ ਇਹਨਾਂ ਬਾਰੇ ਸਾਨੂੰ ਅੱਜ ਹੀ ਪਤਾ ਲੱਗਾ, ਅਤੇ ਇੰਨੀ ਕਿ ਸਾਡੀ ਹਜੇ ਜਾਣਕਾਰੀ ਇਕੱਠੀ ਕੀਤੀ। ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਫੜੇ ਗਏ ਇੱਕ ਹੋਰ ਮੁਲਜ਼ਮ ਕਰਨਪ੍ਰੀਤ ਸਿੰਘ ਦਾ ਸੰਬੰਧ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੁੰਡਲ ਨਾਲ ਹੈ। ਇਹ ਨੌਜਵਾਨ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਏ। ਪਿੰਡ ਦੇ ਸਰਪੰਚ ਲਵਦੀਪ ਸਿੰਘ ਨੇ ਦੱਸਿਆ ਕਿ ਕਰਨਪ੍ਰੀਤ ਸਿੰਘ ਦੀ ਉਮਰ ਕਰੀਬ 28 ਸਾਲ ਹੈ, ਜੋ ਸਾਲ 2016 ਤੋਂ 2020 ਤੱਕ ਆਪਣੇ ਪਿਤਾ ਨਾਲ ਦੁਬਈ ਵਿੱਚ ਡਰਾਈਵਰੀ ਕਰਦਾ ਸੀ। ਉਸ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ, ਜਿੱਥੇ ਉਸ ਨੂੰ ਗਿਆ ਕਰੀਬ 3 ਸਾਲ ਹੋ ਚੁੱਕੇ ਨੇ। ਪਿੰਡ ਵਾਸੀਆਂ ਮੁਤਾਬਕ ਕਰਨਪ੍ਰੀਤ ਸਿੰਘ ਦੀ 2 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਫੋਨ 'ਤੇ ਗੱਲ ਹੋਈ ਸੀ। ਕਰਨਪ੍ਰੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਏ। ਉਸਦੀਆਂ 2 ਭੈਣਾਂ ਦਾ ਵਿਆਹ ਹੋ ਚੁੱਕਾ ਏ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ। ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਵਾਰਦਾਤ 18 ਜੂਨ ਦੀ ਰਾਤ ਨੂੰ ਸਰੀ ਦੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਵਾਪਰੀ। ਨਿੱਜਰ ਉਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ। ਹਰਦੀਪ ਸਿੰਘ ਨਿੱਜਰ ਦਾ ਸੰਬੰਧ ਜਲੰਧਰ ਦੇ ਪਿੰਡ ਭਾਰ ਸਿੰਘਪੁਰਾ ਨਾਲ ਹੈ। ਭਾਰਤ ਸਰਕਾਰ ਅਨੁਸਾਰ ਨਿੱਜਰ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਸੀ। ਨਿੱਜਰ ਸਾਲ 1997 ਵਿੱਚ ਕੈਨੇਡਾ ਗਏ। ਨਿੱਜਰ ਵਿਆਹੇ ਹੋਏ ਸਨ ਅਤੇ ਉਹਨਾਂ ਦੇ 2 ਪੁੱਤਰ ਹਨ। ਉਹ ਕੈਨੇਡਾ ਵਿੱਚ ਪਲੰਬਰ ਦਾ ਕੰਮ ਕਰਦੇ ਸਨ। ਨਿੱਜਰ ਦੀ ਮੌਤ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ, ਪਰ ਇਸ ਨੂੰ ਭਾਰਤ ਸਰਕਾਰ ਵੱਲੋਂ ਸਿਰੇ ਤੋਂ ਨਕਾਰਿਆ ਗਿਆ ਸੀ। ਇਸੇ ਕਾਰਨ ਪਿਛਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੀ ਸਥਿਤੀ ਰਹੀ।